ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਸੁਰਿੰਦਰ ਸਿੰਘ ਪਵਾਰ ਜੀ, ਜੋ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ, ਤੁਸੀਂ ਉਸ ਕਰਕੇ ਕੀ ਕਹਿਣਾ ਚਾਹੋਗੇ? ਅਸੀਂ ਇਸ ਤੋਂ ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜੋ ਕਿ ਇਹਨਾਂ ਨੇ ਸਮਾਰਟਫੋਨ ਵੰਡ ਕੇ ਬੱਚਿਆਂ ਨੂੰ ਬਹੁਤ ਹੀ ਪਿਆਰ ਦਿੱਤਾ ਵਾ, ਅਤੇ ਬੱਚੇ ਸਮਾਰਟਫੋਨ ਦੇ ਜ਼ਰੀਏ ਔਨਲਾਈਨ ਪੜ੍ਹ ਸਕਦੇ ਆ। ਅਤੇ ਅਸੀਂ ਧੰਨਵਾਦ ਕਰਦੇ ਹਾਂ ਹਲਕਾ ਗਿੱਲ ਕੁਲਦੀਪ ਸਿੰਘ ਵੈਦ ਜੀ ਦਾ, ਅਤੇ ਸਾਡੇ ਹਲਕੇ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਜੀ ਦਾ, ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂ ਜੋ ਸਾਰਿਆਂ ਨਾਲ ਇਹ ਵਾਅਦੇ ਕਰਕੇ ਸੀਗੇ ਕੈਪਟਨ ਸਾਹਿਬ ਨੇ, ਅਤੇ ਜਿਸ ਤਰ੍ਹਾਂ ਡਿਊਟੀਆਂ ਲੱਗੀਆਂ ਕੁਲਦੀਪ ਸਿੰਘ ਵੈਦ ਸਾਹਿਬ ਦਾ ਅਤੇ ਰਵਨੀਤ ਬਿੱਟੂ ਜੀ ਦੀਆਂ, ਅਤੇ ਬਹੁਤ ਵਧੀਆ ਸਰਕਾਰ ਬਣੀ ਸੀ ਰੋਲ, ਅਤੇ ਪੂਰੀ ਜਿਹੜੇ ਵਾਅਦੇ ਕੀਤੇ ਨੇ ਕੈਪਟਨ ਸਾਹਿਬ ਪਹਿਲਾਂ ਵੀ ਸਮਾਰਟਫੋਨ ਬਣ ਚੁੱਕੇ ਆ, ਹੁਣ ਵੀ ਇਹਨਾਂ ਨੇ ਬਣ ਰਹੇ ਆ। ਅਸੀਂ ਕੈਪਟਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ 'ਚ ਬੱਚਿਆਂ ਦਾ ਭਵਿੱਖ ਔਨਲਾਈਨ ਪੜ੍ਹ ਕੇ ਆਪਣਾ ਬੱਚੇ ਭਵਿੱਖ ਬਣ ਸਕਣ, ਅਫਸਰ ਬਣ ਸਕਣ, ਡਾਕਟਰ ਬਣ ਸਕਣ, ਕਿਸੇ ਤਰ੍ਹਾਂ ਦਾ ਪੁਲਿਸ ਅਫਸਰ ਬਣ ਸਕਣ, ਬੱਚੇ ਔਨਲਾਈਨ ਦੀ ਵੀ ਪੜ੍ਹਾਈ ਆ, ਇਹ ਜਿਹੜੇ ਲੋੜਵੰਦ ਬੱਚੇ ਉਹਨਾਂ ਵਾਸਤੇ ਤਾਂ ਬਹੁਤ ਹੀ ਜ਼ਰੂਰੀ ਹੈ। ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਤੁਹਾਡੇ ਬੱਚੇ ਨੂੰ ਫੋਨ ਮਿਲਿਆ, ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਧੰਨਵਾਦ ਕਰਨਾ ਕੈਪਟਨ ਸਿੰਘ ਜੀ ਦਾ, ਜਿੰਨਾ ਸਮਾਰਟਫੋਨ ਵੰਡੇ ਹੈਗੇ, ਆਪਾਂ ਨੂੰ ਦਿੱਤੇ ਹੈਗੇ, ਆਟੋ ਵਿਸ਼ੇ ਬਿੱਟੂ ਜੀ ਰਿਹਾ, ਸਰਦਾਰ ਕੁਲਦੀਪ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਆਪਾਂ ਨੂੰ ਸਾਡੇ ਵੰਡੇ ਗਏ ਆ, ਔਰ ਇਸੇ ਤਰ੍ਹਾਂ ਹੀ ਵਾਅਦਾ ਪੂਰਾ ਕਰਦੇ ਰਹਿਣੇ ਕੈਪਟਨ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਕੈਪਟਨ ਸਰਕਾਰ ਵੱਲੋਂ ਫੋਨ ਮਿਲੇ ਨੇ, ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਸਮਾਰਟਫੋਨ ਦਿੱਤੇ, ਜਿਸ ਕਾਰਨ ਸਾਨੂੰ ਸਟੱਡੀ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਸੀ, ਅਤੇ ਹੁਣ ਅਸੀਂ ਔਨਲਾਈਨ ਸਟੱਡੀ ਵਿੱਚ ਆਪਣਾ ਜੀ ਲਾ ਕੇ ਪੜ੍ਹ ਸਕਦੇ ਹਾਂ, ਜਿਸ ਕਾਰਨ ਸਾਨੂੰ ਆਪਣੇ ਪਲੱਸ ਟੂ ਦੇ ਮਾਰਕਸ ਵਿੱਚ ਵਧੀਆ ਇਨਕਰੀਜ਼ ਕਰ ਸਕਦੇ ਹਾਂ। ਧੰਨਵਾਦ ਕਰਦੇ ਹਾਂ ਜੀ। ਅਸੀਂ ਕੀ ਕਹਿਣਾ ਚਾਹੁੰਦੇ ਹਾਂ, ਬੱਚੇ ਨੂੰ ਇਹ ਟੈਕਨੋਲੋਜੀ ਨੂੰ ਜੁੜਨਾ ਚਾਹੀਦਾ, ਇਹਦੇ ਨਾਲ ਇਹਨਾਂ ਨੂੰ ਪੜ੍ਹਾਈ ਵਾਸਤੇ ਬੜਾ ਚੰਗਾ ਉਪਰਾਲਾ ਹੈਗਾ, ਅਤੇ ਹੁਣ ਜਦ ਤੱਕ ਸਕੂਲ ਖੁੱਲਣਗੇ ਤਦ ਤੱਕ ਜਿਹੜਾ ਵੀ ਇਹਨਾਂ ਦੀ ਕਮੀ ਪੇਸ਼ੀ ਰਹਿ ਗਈ ਹੈ, ਤਾਂ ਕਿ ਟੀਚਰਾਂ ਨਾਲ ਇਹਨਾਂ ਦਾ ਰਾਸਤਾ ਬਣਿਆ ਰਹੇਗਾ, ਔਰ ਹਰ ਚੀਜ਼ ਨੂੰ ਇਹ ਉੱਥੇ ਐਕਸੈਸ ਕਰ ਸਕਣਗੇ, ਪੂਰੇ ਲੈਸਨ ਮਿਲਣਗੇ ਇਹਨਾਂ ਨੂੰ, ਕੁਐਸਚਨ ਮਿਲਣਗੇ, ਇਹਨਾਂ ਦੇ ਬੋਰਡ ਦੀ ਤਿਆਰੀ ਹੋ ਜਾਏਗੀ ਪੂਰੀ, ਔਰ ਇਹਦੇ ਨਾਲ ਮੈਂ ਸਮਝਦਾ ਕਿ ਬੋਰਡ ਦੇ ਪ੍ਰੀਖਿਆ ਵਿੱਚ ਇਹਨਾਂ ਦਾ ਚੰਗਾ ਤਿਆਰੀ ਹੋ ਜਾਏਗੀ, ਔਰ ਸਿੱਖਿਆ ਦੇ ਉੱਚੇ ਮਿਆਰ ਤੱਕ ਇਹ ਪੁੱਛਣਗੇ ਬੱਚੇ। ਪ੍ਰਿੰਸੀਪਲ ਹਾਂਜੀ ਹਾਂਜੀ ਸਰ, ਆਪਣੇ ਇੱਥੇ ਪ੍ਰਿੰਸੀਪਲ ਨੇ ਸਾਹਿਬ ਜੀ, ਇਹਨਾਂ ਦਾ ਜੋ ਕੈਪਟਨ ਸਾਹਿਬ ਨੇ ਸਮਾਰਟਫੋਨ ਬੱਚਿਆਂ ਨੂੰ ਦੇਣ ਵਾਸਤੇ ਵਾਅਦੇ ਕੀਤੇ ਸੀ ਪੂਰੇ ਕਰ ਰਹੇ ਨੇ, ਅਸੀਂ ਕੈਪਟਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਇਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੈਪਟਨ ਸਾਹਿਬ ਕਿਸਾਨ ਵੀਰਾਂ ਨਾਲ ਖੜ੍ਹੇ ਆ, ਅਤੇ ਬੱਚਿਆਂ ਨਾਲ ਸਭ ਉਸ ਤੋਂ ਜ਼ਿਆਦਾ ਖੜ੍ਹੇ ਆ, ਅਸੀਂ ਕੈਪਟਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਮਾਨ ਸੱਚੇ ਪਾਤਸ਼ਾਹ ਇਸ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡੀ ਇੰਪੋਰਟੈਂਟ ਚੀਜ਼ ਆ, ਜਿਹੜੀ ਬੱਚਿਆਂ ਨੂੰ ਸਮਾਰਟਫੋਨ ਹੈ, ਇਹਦੇ ਵਿੱਚ ਆਉਣ ਨਾਲ ਬੱਚੇ ਪੜ੍ਹ ਸਕਦੇ ਆ, ਕਈ ਗਰੀਬ ਬਾਪ ਨੇ ਬੱਚਿਆਂ ਨੂੰ ਲੈ ਕੇ ਦੇ ਨਹੀਂ ਸਕਦੇ, ਇਹ ਬਹੁਤ ਸਲਾਹਾਂ ਜੋ ਕੰਮ ਅਸੀਂ ਕੈਪਟਨ ਸਾਹਿਬ ਨੂੰ ਸਪੋਰਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਠੀਕ ਹੈ ਸਰ।